ਸਾਡਾ ਯੂਟਿਊਬ ਚੈਨਲ ਪੇਂਡੂ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਅੱਜ ਅਸੀਂ ਇੱਕ ਨਵੀਂ ਲੜੀ ਦੇ ਤਹਿਤ ਜਿਹੜੇ ਸਾਡੇ ਯੂਥ ਹੈ, ਸਾਡੇ ਗੱਭਰੇਟ ਨੇ, ਸਾਡੇ ਗੱਭਰੂ ਨੇ, ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਗੱਭਰੂਆਂ ਦੇ ਬਹੁਤ ਹੀ ਜਿਹੜੇ ਗੱਭਰੂਆਂ ਨੂੰ ਉਤਸ਼ਾਹ ਦਿੰਦੇ ਨੇ, ਹੌਸਲਾ ਦਿੰਦੇ ਨੇ, ਉਹਨਾਂ ਮਹਾਨ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸੋ ਇਸ ਲੜੀ ਦੇ ਤਹਿਤ ਅੱਜ ਅਸੀਂ ਪਹਿਲੀ ਜਿਹੜੀ ਲੜੀ ਹੈ, ਪਹਿਲਾ ਭਾਸ਼ਣ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਇਹਦੇ ਵਿੱਚ ਅੱਜ ਅਸੀਂ ਚੁਣਿਆ ਸਾਡੇ ਮਾਨਸਾ ਜ਼ਿਲ੍ਹੇ ਦੇ ਦੋ ਬਹੁਤ ਹੀ ਹੋਣਹਾਰ ਖਿਡਾਰੀ ਜਿਹੜੇ ਕਿ ਏਸ਼ੀਅਨ ਗੇਮ ਦੇ ਵਿੱਚ ਜਿਨ੍ਹਾਂ ਨੇ ਗੋਲਡ ਮੈਡਲ ਲਿਆ। ਮੇਰੇ ਨਾਲ ਨੇ ਸਵਰਨ ਸਿੰਘ ਜੀ ਬਿਰਕ, ਜਿਨ੍ਹਾਂ ਨੇ ਰੋਇੰਗ ਦੇ ਵਿੱਚ ਗੋਲਡ ਮੈਡਲ ਲਿਆ, ਸਵਰਨ ਸਿੰਘ ਜੀ ਬਿਰਕ, ਔਰ ਉਹਨਾਂ ਦੇ ਨਾਲ ਨੇ ਸੁਖਮੀਤ ਸਿੰਘ ਜੀ ਸਮਾਗ, ਔਰ ਇਹ ਦੋਨੋਂ ਸਾਡੇ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। ਔਰ ਸਾਨੂੰ ਲੱਗਿਆ ਕਿ ਇਹਨਾਂ ਦੋਨਾਂ ਮਹਾਨ ਖਿਡਾਰੀਆਂ ਨਾਲ ਗੱਲਬਾਤ ਕਰਕੇ ਇਲਾਕੇ ਦੇ ਯੂਥ ਨੂੰ ਪ੍ਰੇਰਿਤ ਕੀਤਾ ਜਾਵੇ। ਸੋ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਤੋਂ ਪਹਿਲੀ ਗੱਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਤੁਸੀਂ ਰੋਇੰਗ ਦੇ ਵਿੱਚ ਏਸ਼ੀਆ ਦੇ ਵਿੱਚ ਗੋਲਡ ਮੈਡਲ ਲਿਆ, ਇਸ ਗੇਮ ਦੇ ਵਿੱਚ ਤੁਸੀਂ ਆਏ ਹੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੋਇੰਗ ਦੇ ਵਿੱਚ ਸਾਡੇ ਕੋਲ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਸਹੂਲਤ ਨਹੀਂ, ਸੋ ਇਸ ਗੇਮ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ? ਸਭ ਤੋਂ ਪਹਿਲਾਂ ਸਵਰਨ ਸਿੰਘ ਵਿਰਕ ਜੀ, ਅਸਲੀ ਫੌਜ ਦੇ ਵਿੱਚ ਭਰਤੀ ਸਾਡਾ ਇੱਕ ਸੁਪਨਾ ਸੀ, ਮੇਰਾ ਖੁਦ ਦਾ ਸੁਪਨਾ ਸੀ ਫੌਜ ਦੇ ਵਿੱਚ ਭਰਤੀ ਹੋਣਾ, ਪਰ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਪਤਾ ਲੱਗਿਆ ਕਿ ਸਾਨੂੰ ਇਹੀ ਇੱਕ ਫੌਜ ਆ, ਇੱਕ ਅਦਾਰਾ, ਸਾਡੀ ਮਜਬੂਰੀ ਵੀ ਇਹੀ ਹੋ ਗਈ, ਸਾਡਾ ਕਿੱਤਾ ਵੀ ਇਹੀ ਹੋ ਗਿਆ, ਅਸੀਂ ਫੌਜ ਦੇ ਵਿੱਚ ਹੀ ਜਾ ਸਕਦੇ ਹਾਂ। ਪਰ ਉੱਥੇ ਜਾ ਕੇ ਸਾਨੂੰ ਰੋਇੰਗ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਖੇਡਾਂ ਦਾ ਪਤਾ ਲੱਗਿਆ, ਪਰ ਸਾਡੇ ਜਿਹੜੇ ਉੱਚ ਅਧਿਕਾਰੀਆਂ ਨੇ ਸਾਨੂੰ ਇਸ ਖੇਡ ਦੇ ਵਿੱਚ, ਸਾਡੀ ਹਾਈਟ ਦੇਖ ਕੇ ਸਾਨੂੰ ਇਸ ਖੇਡ ਦੇ ਵਿੱਚ ਭੇਜਤਾ, ਤਾਂ ਉਹਨਾਂ ਦੇ ਆਰਡਰ ਨੂੰ ਅਸੀਂ ਟਾਲ ਨਹੀਂ ਸਕੇ, ਅਤੇ ਅਸੀਂ ਇਹ ਗੇਮ ਦੇ ਵਿੱਚ ਇਸ ਤਰ੍ਹਾਂ ਸ਼ੁਰੂਆਤ ਹੋਈ 2009 ਦੇ ਵਿੱਚ। ਹਾਂਜੀ ਸੁਖਮੀਤ ਜੀ, ਨਾਲ ਦੀ ਨਾਲ ਤੁਹਾਨੂੰ ਵੀ ਸਵਾਲ ਹੈ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਕਿ ਜਿਹੜੇ ਆਮ ਆਰਮੀ ਦੇ ਵਿੱਚ ਬੰਦੇ ਜੁਆਇਨ ਕਰਦੇ ਨੇ ਆਰਮੀ ਨੂੰ, ਉਹ ਬਹੁਤ ਹੀ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਜਾਂ ਗਰੀਬ ਪਰਿਵਾਰਾਂ ਦੇ ਬੱਚੇ ਜਾਂਦੇ ਨੇ, ਔਰ ਤੁਹਾਡਾ ਵੀ ਬੈਕਗਰਾਊਂਡ ਉਸ ਤਰ੍ਹਾਂ ਦਾ ਰਿਹਾ, ਔਰ ਤੁਸੀਂ ਇੱਕੇਦਮ ਆ ਕੇ, ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਚੀਜ਼ ਇਹ ਕਿ ਇੱਕੇਦਮ ਤੁਹਾਡੀ ਜਿੱਦਾਂ ਇੱਕੇਦਮ ਤੁਹਾਡਾ ਐਕਸਪੋਜ਼ਰ ਹੋਇਆ, ਤੁਹਾਡੇ ਦਿਮਾਗ ਵਿੱਚ ਕਿਵੇਂ ਆਈ ਕਿ ਇਸ ਗੇਮ ਨੂੰ ਅਡੋਪਟ ਕੀਤਾ ਜਾਵੇ, ਕਿ ਜਾਂ ਤੁਹਾਡੇ ਅਧਿਕਾਰੀਆਂ ਦੇ ਕਹਿਣ 'ਤੇ ਤੁਸੀਂ ਇਹ ਗੇਮ ਸ਼ੁਰੂ ਕੀਤੀ? ਐਕਚੁਲੀ ਇਹ ਮੇਰਾ ਫੈਸਲਾ ਨਹੀਂ ਸੀਗਾ ਗੇਮ ਸ਼ੁਰੂ ਕਰਨ ਦਾ, ਕਿਉਂਕਿ ਪਹਿਲਾਂ ਮੈਂ ਕਦੇ ਸਪੋਰਟਸ ਕੋਈ ਵੀ ਨਹੀਂ ਕੀਤੀ ਸੀ ਗੇਮ। ਮੇਰਾ ਇੱਕ ਫਰੈਂਡ ਹੈ ਨਿਰਮਲ ਸਿੰਘ, ਲਖਮੀਰ ਵਾਲਿਆ ਪਿੰਡ ਆ ਉਹਦਾ, ਮਾਨਸਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਉਸਨੇ ਮੈਨੂੰ ਬਿਨਾਂ ਦੱਸੇ ਮੇਰਾ ਨਾਮ ਲਿਖਵਾ ਦਿੱਤਾ, ਆਪਣਾ ਵੀ ਲਿਖਵਾਉਣਾ ਸੀ ਉਸਨੇ ਅਤੇ ਮੇਰਾ ਵੀ ਨਾਲ ਹੀ ਲਿਖਵਾ ਦਿੱਤਾ, ਕਹਿੰਦਾ ਮੈਂ ਇਕੱਲਾ ਨਹੀਂ ਜਾ ਸਕਦਾ, ਦੋਨੇ ਇਕੱਠੇ ਚੱਲਾਂਗੇ। ਇਸ ਚੱਕਰ ਜਦੋਂ ਉਹਨੇ ਮੇਰਾ ਨਾਮ ਲਿਖਵਾਇਆ ਅਤੇ ਫਿਰ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਫੌਜ ਦੇ ਵਿੱਚ ਆਰਡਰ ਹੁੰਦਾ, ਇੱਕ ਵਾਰ ਜਾਣਾ ਜ਼ਰੂਰ ਪੈਂਦਾ। ਉੱਥੇ ਜਾ ਕੇ ਮੈਨੂੰ ਥੋੜ੍ਹਾ ਇੰਟਰਸਟ ਮੇਰਾ ਵੱਧਦਾ ਗਿਆ, ਚੰਗਾ ਲੱਗਿਆ, ਮੈਨੂੰ ਡਾਇਟ ਵਧੀਆ ਸੀ, ਰੈਸਟ ਮਿਲਦੀ ਸੀਗੀ, ਅਤੇ ਇੱਕ ਜਿਹੜਾ ਮੋਟੀਵੇਸ਼ਨ ਕੋਚਸ ਨੇ ਕੀਤਾ ਕਿ ਤੁਸੀਂ ਇਸ ਗੇਮ ਤੱਕ, ਇਸ ਲੈਵਲ ਤੱਕ ਪਹੁੰਚ ਸਕਦੇ ਹੋ, ਆਪਣਾ ਨਾਮ ਕਮਾਉਣ ਦਾ ਤੁਹਾਨੂੰ ਇੱਕ ਮੌਕਾ ਮਿਲਿਆ। ਸੋ ਇਸ ਚੀਜ਼ ਨਾਲ ਮੇਰਾ ਇੰਟਰਸਟ ਜ਼ਿਆਦਾ ਵੱਧਦਾ ਗਿਆ। ਥੋੜ੍ਹਾ ਮੈਂ ਜਾਣਦਾ ਸੀ ਸਵਰਨ ਸਿੰਘ ਵਿਰਕ ਬਾਰੇ, 2012 ਵਿੱਚ ਲੰਡਨ ਖੇਡ ਕੇ ਆਏ ਸੀ, ਜਦੋਂ ਅਖਬਾਰਾਂ ਦੇ ਵਿੱਚ ਨਿਊਜ਼ ਲੱਗੀ ਸੀ ਉਦੋਂ ਮੈਂ ਪੜ੍ਹਿਆ ਸੀਗਾ, ਕਿਉਂਕਿ ਮੇਰੇ ਨਾਨਕੇ ਪਿੰਡ ਨੇ ਦਲੇਲ ਵਾਲਾ ਜਿੱਥੋਂ ਦੇ ਰਹਿਣ ਵਾਲੇ ਨੇ, ਪਰ ਮੈਨੂੰ ਇਸ ਗੇਮ ਬਾਰੇ ਕੋਈ ਨੌਲੇਜ ਨਹੀਂ ਸੀ ਕਿ ਕਿਸ ਤਰ੍ਹਾਂ ਦੀ ਗੇਮ ਆ ਜਾਂ ਕਿਸ ਤਰ੍ਹਾਂ ਕਰਨੀ ਆ। ਇਸ ਚੀਜ਼ ਨਾਲ ਮੈਨੂੰ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਉਹ ਹੋਇਆ ਕਿ ਮੈਂ ਵੀ ਸ਼ਾਇਦ ਇਸ ਲੈਵਲ ਤੱਕ ਪਹੁੰਚ ਸਕਦਾ, ਮੇਰੇ ਆਈਡਲ ਨੇ ਸਵਰਨ ਸਿੰਘ ਵਿਰਕ, ਸੋ ਉਹਨਾਂ ਦਾ ਵੀ ਕਾਫੀ ਸਹਿਯੋਗ ਰਿਹਾ ਮੇਰਾ ਇੱਥੇ ਤੱਕ ਪਹੁੰਚਣ ਦਾ। ਹੌਲੀ ਹੌਲੀ ਮੇਰਾ ਇੰਟਰਸਟ ਵੱਧਦਾ ਗਿਆ। 2017 ਦੇ ਵਿੱਚ ਮੈਂ ਪਹਿਲਾ ਕੰਪੀਟੀਸ਼ਨ ਮੇਰਾ ਨੈਸ਼ਨਲ ਸੀਗਾ, ਉਸ ਦੇ ਵਿੱਚ ਮੇਰਾ ਸਿਲਵਰ ਮੈਡਲ ਸੀ, ਉਸ ਦੇ ਆਧਾਰ 'ਤੇ ਮੈਨੂੰ ਇੰਡੀਆ ਕੈਂਪ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ, ਅਤੇ ਇੰਟਰਨੈਸ਼ਨਲ ਮੇਰਾ ਇਹ ਪਹਿਲਾ ਕੰਪੀਟੀਸ਼ਨ ਸੀ, ਪਹਿਲੇ ਦੇ ਵਿੱਚ ਮੈਨੂੰ ਗੋਲਡ ਮੈਡਲ ਮਿਲਿਆ, ਬਹੁਤ ਜ਼ਿਆਦਾ ਖੁਸ਼ੀ ਹੈ। ਅਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਡਿਸਟ੍ਰਿਕਟ ਨਿਵਾਸੀਆਂ ਦਾ, ਆਪਣੇ ਕੋਚਿਸ ਦਾ, ਅਤੇ ਸਵਰਨ ਸਿੰਘ ਵਿਰਕ ਜੀ ਦਾ ਸਪੈਸ਼ਲ। ਹਾਂਜੀ ਬਿਰਕ ਸਾਹਿਬ, ਤੁਸੀਂ ਇੱਕ ਜਦੋਂ ਇਸ ਗੇਮ ਦੇ ਵਿੱਚ ਆਏ ਹੋ, ਰੋਇੰਗ ਦੇ ਵਿੱਚ ਆਏ ਹੋ, ਤਾਂ ਤੁਹਾਨੂੰ ਇਸ ਗੇਮ ਦੇ ਵਿੱਚ ਉੱਪਰ ਤੱਕ ਆਉਣ ਲਈ ਕਿੰਨਾ ਕੁ ਸਟਰਗਲ ਕਰਨਾ ਪਿਆ, ਉਹ ਆਪਣੇ ਸਟਰਗਲ ਦਾ ਸਾਨੂੰ ਦੱਸੋ ਵੇਰਵਾ, ਜਿਹੜੀ ਤੁਸੀਂ ਮਿਹਨਤ ਕੀਤੀ ਹੈ ਇਸ ਗੇਮ ਦੇ ਵਿੱਚ ਇਸ ਮੁਕਾਮ ਤੱਕ ਪਹੁੰਚਣ ਦੇ ਲਈ? ਐਕਚੁਲੀ ਫੌਜ ਦੀ ਪੂਰੀ ਟ੍ਰੇਨਿੰਗ ਕਰਨ ਤੋਂ ਬਾਅਦ ਮੇਰੀ ਜਿਹੜੀ ਚੋਣ ਸੀ ਉਹ ਆਰਡੀ ਪਰੇਡ ਲਈ ਹੋਈ, ਰਿਪਬਲਿਕ ਡੇ ਦੀ ਪਰੇਡ ਹੁੰਦੀ ਹੈ ਉਹਦੇ ਲਈ, ਤਾਂ ਉਹ ਇੱਕ ਟ੍ਰੇਨਿੰਗ ਤੋਂ ਬਾਅਦ ਇੱਕ ਬਹੁਤ ਮੁਸ਼ਕਲ ਹੁੰਦਾ ਦਿੱਲੀ ਦੇ ਵਿੱਚ, 12-13 ਕਿਲੋਮੀਟਰ ਉਹ ਕੰਟੀਨਿਊ ਰੋਡ ਜਿੱਦਾਂ ਮਾਰਚ ਕਰਕੇ ਚੱਲਣਾ ਹੁੰਦਾ, ਬਹੁਤ ਮੁਸ਼ਕਲ ਪੜਾਅ ਹੁੰਦਾ ਉਹ ਵੀ ਇੱਕ, ਤਾਂ ਉਹਦੇ ਵਿੱਚੋਂ ਕੱਢ ਕੇ ਮੈਨੂੰ ਗੇਮ ਦੇ ਵਿੱਚ ਭੇਜਣਾ, ਤਾਂ ਮੇਰੇ ਉਸ ਲਈ ਉਸ ਟਾਈਮ ਐਂ ਸੀ ਕਿ ਚੱਲ ਮੈਂ ਇੱਧਰੋਂ ਨਿਕਲ ਕੇ ਸ਼ਾਇਦ ਉੱਧਰ ਚੰਗਾ ਕਰ ਸਕਦਾ ਗਾ, ਪਰ ਇਸ ਖੇਡ ਬਾਰੇ ਕੁਛ ਪਤਾ ਨਹੀਂ ਸੀ, ਰਸਤੇ 'ਚ ਆਉਂਦੇ ਹੁੰਦੇ ਸੀ, ਅਸੀਂ ਖੇਡ ਦਾ ਨਾਂ ਭੁੱਲ ਜਾਂਦੇ ਸੀਗੇ, ਅਤੇ ਜਦੋਂ ਇਸ ਖੇਡ ਦੇ ਵਿੱਚ ਪਹੁੰਚੇ ਤਾਂ ਰਾਤ ਨੂੰ ਸਾਨੂੰ ਇੱਦਾਂ ਸੀ ਵੀ ਸਵੇਰੇ ਪਤਾ ਨਹੀਂ ਕਿਹੜੀ ਖੇਡ ਨਾਲ ਵਾਹ ਪੈਣਾ ਗਾ, ਕਿਉਂਕਿ ਜਿਹਦੇ ਬਾਰੇ ਆਪਾਂ ਕਦੇ ਸੁਣਿਆ ਨਹੀਂ, ਕਿਹਦੇ ਬਾਰੇ ਕੁਛ ਜਾਣਿਆ ਨਹੀਂ, ਪਰ ਜਦੋਂ ਜਾ ਕੇ ਉੱਥੇ ਕੋਚਸ ਨੇ ਸਾਨੂੰ ਗਾਈਡਲਾਈਨ ਕੀਤੀ ਵੀ ਇਸ ਤਰ੍ਹਾਂ ਦੀ ਇਸ ਤਰੀਕੇ ਨਾਲ ਬੋਟ ਹੁੰਦੀ ਹੈ, ਅਸੀਂ 3 ਮਹੀਨੇ ਤੱਕ ਤਾਂ ਬੋਟ ਦੇ ਵਿੱਚ ਗਏ ਨਹੀਂ, ਸਿਰਫ ਸਾਡਾ ਗਰਾਊਂਡ ਵਰਕ ਚੱਲਦਾ ਰਿਹਾ ਜੀ, ਅਤੇ ਗਰਾਊਂਡ ਵਰਕ ਕਰਦੇ ਟਾਈਮ ਕਈ ਵਾਰੀ ਮੁਸ਼ਕਲਾਂ ਆਉਣੀਆਂ, ਜਿੱਦਾਂ ਪਹਿਲਾ ਦਿਨ ਦੀ ਮੈਂ ਗੱਲ ਕਰਾਂ ਤਾਂ ਪਹਿਲੇ ਦਿਨ ਸਾਨੂੰ ਸਟਿਚਿੰਗ ਦਾ ਨਹੀਂ ਪਤਾ ਵੀ
ਅਤੇ ਸੰਘਰਸ਼ ਦੀ ਗੱਲ ਕਰੀਏ ਤਾਂ ਕਿ ਕਿਸੇ ਵੀ ਕੰਮ ਨੂੰ ਆਪਾਂ ਕਰਦੇ ਹਾਂਗੇ ਮੁਸ਼ਕਲਾਂ ਆਉਂਦੀਆਂ ਨੇ, ਸੋ ਸਾਨੂੰ ਵੀ ਮੁਸ਼ਕਲਾਂ ਆਈਆਂ ਖੇਡ ਦੇ ਵਿੱਚ, ਕਦੇ ਨੀਂਹ ਦੇ ਵਿੱਚ ਪੈਣ ਆਉਣਾ, ਕਦੇ ਕਮਰ ਦੇ ਵਿੱਚ ਦਰਦ ਹੋਣਾ, ਪਰ ਘਰਦਿਆਂ ਦੀ ਗਾਈਡਲਾਈਨ ਸੀ ਕਿ ਜਿਹੜੇ ਪਾਸੇ ਜਾ ਰਹੇ ਹੋ ਚੰਗੇ ਪਾਸੇ ਜਾਣਾ, ਔਰ ਪਰਮਾਤਮਾ ਦਾ ਸ਼ੁਕਰੀਆ ਅਦਾ ਹਮੇਸ਼ਾ ਕਰਦੇ ਸੀਗੇ, ਸੋ ਸੰਘਰਸ਼ਾਂ ਦੇ ਨਾਲ ਨਾਲ ਸ਼ਾਇਦ ਇੱਥੇ ਤੱਕ ਪਹੁੰਚੇ ਹਾਂ। ਠੀਕ ਹੈ ਜੀ। ਸੁਖਮੀਤ ਸਿੰਘ ਜੀ, ਤੁਸੀਂ ਆਪਣੀ ਥੋੜ੍ਹੀ ਅਰਲੀ ਲਾਈਫ, ਜਦੋਂ ਤੁਸੀਂ ਸਕੂਲ ਦੇ ਵਿੱਚ ਸੀ, ਪਿੰਡ ਦੇ ਸਕੂਲ 'ਚ ਤੁਸੀਂ ਦੱਸਿਆ ਤੁਸੀਂ ਮੈਟ੍ਰਿਕ ਕੀਤੀ, ਉਸ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਵਿਦਿਆਰਥੀ ਰਹੇ, ਸਾਨੂੰ ਉਸ ਤਰ੍ਹਾਂ ਉਸ ਸਮੇਂ ਬਾਰੇ ਥੋੜ੍ਹਾ ਬਹੁਤ ਦੱਸੋ ਸਾਨੂੰ। ਹਾਂਜੀ, ਮੈਂ 10th-10th ਤੱਕ ਦੀ ਪੜ੍ਹਾਈ ਹੈ ਜਿਹੜੀ ਆਪਣੇ ਪਿੰਡ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੀਤੀ। 10th ਤੱਕ ਦਾ ਹੀ ਸਾਡੇ ਸਕੂਲ ਹੈ। ਉਸ ਤੋਂ ਬਾਅਦ ਮੈਂ +2 ਹੈ ਜਿਹੜੀ ਮਾਨਸਾ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਮਰਸ ਦੇ ਨਾਲ ਕੀਤੀ। ਕਾਫੀ ਮਤਲਬ ਉਸ ਟਾਈਮ 'ਤੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ, ਕਈ ਵਾਰ ਮਾਨਸਾ ਜਦੋਂ ਪੜ੍ਹਨ ਆਉਣਾ ਬੱਸ 'ਤੇ ਆਉਣਾ ਪੈਂਦਾ ਸੀਗਾ, ਅਤੇ ਕਿਰਾਏ ਦੇ ਲਈ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਸੀ। ਫਿਰ ਮੇਰਾ ਇੱਕ ਫਰੈਂਡ ਸੀਗਾ, ਅਸੀਂ ਪਿੰਡੋਂ ਸਾਈਕਲ 'ਤੇ ਆਉਂਦੇ, ਫਾਫੜੇ ਭਾਈ ਕੇ ਬੱਸ ਆਉਂਦੀ ਹੈ ਸਰਕਾਰੀ ਬੱਸ ਦਾ, ਅਸੀਂ ਪਾਸ ਬਣਾਇਆ ਮਾਨਸਾ ਤੱਕ ਦਾ, ਅਤੇ ਉੱਥੋਂ ਪਿੰਡੋਂ ਫਾਫੜੇ ਭਾਈਕਿਆਂ ਤੱਕ ਸਾਈਕਲ 'ਤੇ ਆਉਂਦੇ ਸੀ। ਉਸ ਤੋਂ ਬਾਅਦ ਅਸੀਂ ਸਰਕਾਰੀ ਬੱਸ 'ਤੇ ਜਿਹੜਾ ਅਪ ਡਾਊਨ ਕਰਦੇ ਸੀ ਆਪਦਾ। ਕਾਫੀ ਮੁਸ਼ਕਲਾਂ ਰਹੀਆਂ ਨੇ ਪੜ੍ਹਾਈ ਦੇ ਵਿੱਚ, ਪਰ ਹੌਲੀ ਹੌਲੀ ਇੱਕ ਸ਼ੁਰੂ ਤੋਂ ਇੱਕ ਸੋਚ ਸੀਗੀ ਕਿ ਕਾਸ਼ ਮੈਂ ਉਸ ਲੈਵਲ ਤੱਕ ਪਹੁੰਚ ਸਕਾਂ, ਜਾਂ ਮੇਰੇ ਕੋਲ ਆਰਥਿਕ ਇੰਨਾ ਕੁ ਮੈਂ ਸਟਰੋਂਗ ਹੋਵਾਂ, ਕਿਸੇ ਹੋਰ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਨਾ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ। ਪਹਿਲਾਂ ਤੋਂ ਹੀ ਮੈਂ ਸੋਚਦਾ ਹੁੰਦਾ ਸੀਗਾ, ਉਹ ਸੁਪਨਾ ਮੇਰਾ ਪੂਰਾ ਹੋਇਆ, ਹੁਣ ਜਿੰਨਾ ਮੈਥੋਂ ਕਿਸੇ ਦਾ ਭਲਾ ਹੋ ਸਕਿਆ ਤਾਂ ਮੈਂ ਜ਼ਰੂਰ ਕਰੂੰਗਾ। ਠੀਕ ਹੈ ਜੀ। ਵਿਰਕ ਸਾਹਿਬ, ਇੱਕ ਤੁਸੀਂ ਗੱਲ ਦੱਸੋ ਕਿ ਤੁਸੀਂ ਖੇਡ ਦੇ ਰਾਹੀਂ, ਆਪਣੀ ਖੇਡ ਦੇ ਰਾਹੀਂ ਇੱਕਦਮ ਤੁਹਾਡਾ ਐਕਸਪੋਜ਼ਰ ਹੋਇਆ, ਤੁਹਾਡਾ ਨਾਂ ਲੋਕ ਜਾਣਨ ਲੱਗੇ। ਇੱਕ ਸਮਾਂ ਇਹ ਵੀ ਸੀ ਕਿ ਇਹ ਵੀ ਹੋਏਗਾ ਕਿ ਜਦੋਂ ਤੁਹਾਨੂੰ ਕੋਈ ਜਾਣਦਾ ਨਹੀਂ ਸੀ, ਤੁਸੀਂ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਤੁਹਾਡਾ ਆਪਣਾ ਨਿੱਜੀ ਸਰਕਲ ਹੀ ਸੀ, ਉਸ ਤੋਂ ਬਿਨਾਂ ਤੁਹਾਨੂੰ ਕੋਈ ਨਹੀਂ ਜਾਣਦਾ ਸੀ, ਪਰ ਅੱਜ ਤੁਹਾਨੂੰ ਪੂਰਾ ਭਾਰਤ ਜਾਣਦਾ, ਪੂਰੇ ਤੁਹਾਡੇ ਏਰੀਏ ਦੇ ਲੋਕ ਜਾਣਦੇ ਨੇ, ਤੁਹਾਨੂੰ ਲੋਕ ਪਿਆਰ ਕਰਦੇ ਨੇ, ਉਸ ਸਮੇਂ ਦੇ ਵਿੱਚ ਅਤੇ ਅੱਜ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ, ਇਹਦੇ ਬਾਰੇ ਸਾਨੂੰ ਦੋ ਸ਼ਬਦ ਦੱਸੋ। ਸੋ ਬਹੁਤ ਖੁਸ਼ੀ ਹੁੰਦੀ ਹੈ ਜੀ। ਮੈਨੂੰ ਸ਼ੁਰੂ ਤੋਂ ਇੱਕ ਚਿੱਟਕ ਸੀਗੀ, ਮੈਨੂੰ ਆਪਣਾ ਨਾਮ ਮੈਂ ਕੰਧਾਂ 'ਤੇ ਲਿਖ ਦਿੰਦਾ ਸੀ ਚੌਕ ਨਾਲ, ਤਾਂ ਮੈਂ ਕਈ ਵਾਰੀ ਮਾਰ ਵੀ ਖਾਂਦਾ ਸੀ ਘਰਦਿਆਂ ਤੋਂ, ਮਾਤਾ ਤੋਂ ਬਹੁਤ ਮਾਰ ਖਾਧੀ ਇਸ ਚੱਕਰ ਦੇ ਵਿੱਚ ਜੀ ਕਿ ਆਪਣਾ ਨਾਮ ਲਿਖਣਾ। ਸੋ ਸ਼ਾਇਦ ਉਹ ਮੇਰਾ ਸੁਪਨਾ ਪੂਰਾ ਹੋਇਆਗਾ ਕਿ ਅੱਜ ਮੈਨੂੰ ਪਹਿਲੀ ਜਿਹੜੀ ਮੇਰੀ ਨਿਊਜ਼ ਸੀ ਅਜੀਤ ਨੇ ਲਾਈ ਸੀ, ਤਾਂ ਉਹ ਵੀ ਮੇਰੇ ਲਈ ਇੱਕ, ਕਿਉਂਕਿ ਇਕੱਲਾ ਮੈਂ ਕੁਛ ਨਹੀਂ ਕਰ ਸਕਦਾ ਜੇ ਮੈਂ ਇਕੱਲਾ, ਮਿਹਨਤ ਕਰਦਾ ਵੀ ਰਹਿੰਦਾ, ਬਹੁਤ ਇੱਦਾਂ ਦੇ ਪਲੇਅਰ ਨੇ, ਪਰ ਜਿਹੜਾ ਮੀਡੀਆ ਹੈਗਾ, ਜਿਵੇਂ ਇਹ ਮੀਡੀਆ ਸਾਨੂੰ ਸਪੋਰਟ ਕਰ ਰਿਹਾ, ਇਕੱਲਾ ਮੈਂ ਕੁਛ ਨਹੀਂ ਕਰ ਸਕਦਾ ਸੀਗਾ, ਪਰ ਮੀਡੀਆ ਦੀ ਸਪੋਰਟ ਨਾਲ ਸ਼ਾਇਦ ਇੱਥੇ ਤੱਕ ਪਹੁੰਚਣ, ਤਾਂ ਲੋਕਾਂ ਨੂੰ ਪਤਾ ਲੱਗੇ ਕਿ ਇਹ ਵੀ ਕੋਈ ਪਲੇਅਰ ਨੇ ਸਾਡੇ। ਅਤੇ ਸਾਡੀ ਖੇਡ ਨੂੰ ਜ਼ਿਆਦਾਤਰ ਇੰਨਾ ਪ੍ਰਮੋਟ ਨਹੀਂ ਕੀਤਾ ਜਾਂਦਾ, ਪਰ ਇਸ ਵਾਰ ਅਤੇ 2010 ਦੇ ਵਿੱਚ ਬਜਾਂਗਲਾ ਠਾਕਰ ਜੀ ਗੋਲਡ ਲੈ ਕੇ ਉਸ ਟਾਈਮ ਪ੍ਰਮੋਟ ਕੀਤਾ ਸੀ ਵਧੀਆ ਹੀ। ਸੋ ਇੱਕ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਹੋ ਗਿਆ, ਮੇਰੀ ਆਰਥਿਕ ਹਾਲਤ ਵੀ ਬਹੁਤ ਸੁਧਰੀ ਹੈਗੀ, 2014 ਜਦੋਂ ਮੇਰਾ ਏਸ਼ੀਅਨ ਗੇਮ ਦਾ ਬਰੌਂਜ ਮੈਡਲ ਸੀ, ਉਹਦੇ ਨਾਲ ਇੰਨੀ ਆਰਥਿਕ ਹਾਲਤ ਸੁਧਰੀ ਸੀ ਕਿ ਇਲਾਕੇ ਦੇ ਵਿੱਚ ਮੈਨੂੰ ਖੁਦ ਇੱਦਾਂ ਫੀਲ ਹੁੰਦਾ ਸੀ ਕਿ ਹਾਂ ਠੀਕ ਹੈ ਇਸ ਵਾਰ ਮੇਰੇ ਫਾਦਰ ਸਾਹਿਬ। ਪਰ ਜਿਹੜੇ ਮੁਸ਼ਕਲਾਂ ਜਿਹੜੇ ਸਟਾਰਟਿੰਗ ਦੀਆਂ ਸੀ ਉਹਨਾਂ ਨੂੰ ਦੇਖ ਕੇ ਤਾਂ ਬਹੁਤ ਜ਼ਿਆਦਾ, ਹੁਣ ਮੇਰੇ ਫਾਦਰ ਸਾਹਿਬ ਖੁਦ ਹੈਲਪ ਕਰਦੇ ਨੇ, ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੈਗਾ ਤਾਂ ਉਹਨਾਂ ਦੀ ਫੀਸ ਵਗੈਰਾ ਭਰਨਾ, ਤਾਂ ਇਸ ਨਾਲ ਅਸੀਂ ਖੁਦ ਫੀਲ ਕਰਦੇ ਜੋ ਸਾਡੇ ਨਾਲ ਹੋਇਆ ਗਾ ਆਉਣ ਵਾਲੀ ਜਨਰੇਸ਼ਨ ਨਾਲ ਜਿੰਨਾ ਅਸੀਂ ਕਰ ਸਕਦੇ ਉਨਾ ਅਸੀਂ ਕਰੀਏ ਜੀ। ਤਾਂ ਇਹ ਚੀਜ਼ ਦਾ ਇਫੈਕਟ ਪਿਆ ਹੈਗਾ ਕਿ ਅਸੀਂ ਹੁਣ ਉਹਨਾਂ ਬਾਰੇ ਚੰਗਾ ਸੋਚਦੇ ਹਾਂ, ਸ਼ਾਇਦ ਉਸ ਟਾਈਮ ਸਾਡੇ ਬਾਰੇ ਕਿਸੇ ਨੇ ਚੰਗਾ ਸੋਚਿਆ ਹੁੰਦਾ ਤਾਂ ਅੱਜ ਮੇਰੇ ਖਿਆਲ 'ਚ ਏਸ਼ੀਅਨ ਨਹੀਂ ਓਲੰਪਿਕ ਦਾ ਗੋਲਡ ਹੁੰਦਾ ਜੀ। ਸੁਖਮੀਤ ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਹੀ ਕਹਿ ਲਈਏ, ਜਿਹੜੀਆਂ ਸਪੋਰਟਸ ਫੈਸਿਲਿਟੀਜ਼ ਨੇ ਉਹ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਹੈਗੀਆਂ। ਪਿੰਡਾਂ ਦੇ ਬੱਚੇ ਨੇ ਜਿਹੜੇ ਸਾਡੇ, ਜਿਵੇਂ ਕਬੱਡੀ ਖੇਡੀ ਜਾਂਦੇ ਨੇ ਜਿਹੜੀ ਕਿ ਓਲੰਪਿਕ ਤੱਕ ਨਹੀਂ ਜਾਂਦੀ, ਔਰ ਕਬੱਡੀ ਖੇਡ ਕੇ ਉਹਨਾਂ ਦਾ ਕੈਰੀਅਰ ਇੱਥੋਂ ਸ਼ੁਰੂ ਹੁੰਦਾ ਅਤੇ ਇੱਥੇ ਖਤਮ ਹੋ ਜਾਂਦਾ। ਸੋ ਤੁਹਾਡੇ ਵਿਚਾਰ ਮੁਤਾਬਕ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਆਪ ਕੀ ਕੀਤਾ ਜਾ ਸਕਦਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਪਹਿਲੀ ਗੱਲ ਤਾਂ ਜੀ, ਆਪਣੇ ਪਿੰਡਾਂ ਦੇ ਵਿੱਚ ਇੰਨੀ ਨੌਲੇਜ ਨਹੀਂ ਹੈਗੀ। ਇੱਕ ਦੋ ਗੇਮਾਂ ਬਾਰੇ ਅਸੀਂ ਸਭ ਜਾਣਦੇ ਹਾਂ, ਜਿਵੇਂ ਕਬੱਡੀ ਹੋਈ ਜਾਂ ਰੈਸਲਿੰਗ ਵਗੈਰਾ, ਵਾਲੀਬਾਲ, ਇਸ ਤਰ੍ਹਾਂ ਦੀਆਂ ਗੇਮਾਂ ਸਾਨੂੰ ਪਤਾ ਲੱਗ ਜਾਂਦਾ। ਬਹੁਤ ਸਾਰੀਆਂ ਗੇਮਾਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਜਿਹੜੇ ਜਨਰੇਸ਼ਨ ਹੈ ਉਹ ਬਹੁਤ ਕੁਛ ਅੱਗੇ ਤੱਕ ਜਾ ਸਕਦੀ ਹੈ ਜੇ ਉਹਨਾਂ ਨੂੰ ਹੁਣ ਇਸ ਤਰ੍ਹਾਂ ਦੇ ਪਲੇਟਫਾਰਮ ਮਿਲਣਗੇ। ਜਿਵੇਂ ਕਿ ਰੋਇੰਗ ਦਾ ਸਾਨੂੰ ਖੁਦ ਨੂੰ ਨਾਮ ਨਹੀਂ ਪਤਾ ਸੀ ਵੀ ਗੇਮ ਕੀ ਹੈ, ਜੇ ਅਸੀਂ 3 ਸਾਲਾਂ ਦੇ ਵਿੱਚ ਇਸ ਲੈਵਲ ਤੱਕ ਪਹੁੰਚ ਸਕਦੇ ਹਾਂ ਤਾਂ ਜਿਹੜੇ ਹੁਣ 10-12 ਸਾਲ ਦੀ ਉਮਰ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਇਸ ਗੇਮ ਦਾ ਪਤਾ ਲੱਗੇ, ਉਹਨਾਂ ਨੂੰ ਨੌਲੇਜ ਦਿੱਤੀ ਜਾਵੇ, ਤਾਂ ਉਹ ਬਹੁਤ ਕਾਫੀ ਮਤਲਬ ਪਰਫੋਰਮੈਂਸ ਅੱਛੀ ਦੇ ਸਕਦੇ ਨੇ। ਇਸ ਲਈ ਸਰਕਾਰ ਨੂੰ ਇਹਨਾਂ ਦੇ ਉੱਪਰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ, ਜਿਵੇਂ ਹੁਣ ਇੱਕ ਰਾਜਵਰਧਨ ਰਾਠੌਰ ਜੀ ਨੇ ਖੇਲੋ ਇੰਡੀਆ ਦਾ ਪ੍ਰੋਜੈਕਟ ਚਲਾਇਆ ਹੋਇਆ, ਉਹਦੇ ਵਿੱਚ 8-12 ਸਾਲ ਦੀ ਉਮਰ ਦੇ ਜਿਹੜੇ ਬੱਚੇ ਸਿਲੈਕਟ ਕੀਤੇ ਜਾਣਗੇ ਫਿਜ਼ੀਕਲ ਬੇਸ ਦੇ ਉੱਪਰ, ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਪ੍ਰਬੰਧ ਜਿਹੜਾ ਡਾਇਟ ਦਾ ਜਾਂ ਪੜ੍ਹਾਉਣ ਦਾ, ਉਹਨਾਂ ਨੂੰ ਰਹਿਣ ਦਾ ਉਹਨਾਂ ਨੂੰ ਮਿਲੂਗਾ। ਤਾਂ ਇਹ ਬਹੁਤ ਵਧੀਆ ਕਦਮ ਨੇ, ਸਰਕਾਰਾਂ ਨੂੰ ਇਹ ਚੀਜ਼ ਦਾ ਚਾਹੀਦਾ ਕਿ ਨੌਲੇਜ ਵੱਧ
अपने एरिए अपने लोगों के टेलेंट की कोई कमी नहीं है, पर वो टेलेंट नू मौके पर पछाण के लभ के तो उन्होंने अगे प्रमोट करन दी इस चीज़ की बड़ी वड्डी कमी आप देख रहे हैं अपने इलाके दे विच। जिहड़ी उस तो भी अगली गल है कि साडे जिहड़े यूथ ने वो आर्थिक तौर पर ठीक ने, कोई बहुत ही प्रॉब्लम वाली गल नहीं, वो जो कोई काम नहीं मिलता तो नशे वाले पासे चले जाते हैं, ये काफ़ी वड्डी समस्या है। जे खेडां प्रमोट होणगियां तां नशे ने जिहड़े अपने आप बंद होणगे। सो खेडां दी जिहड़ी प्रमोशन है उहदे लई तुसीं एज आ हुण एक सैलीब्रिटी दे तौर ते विचरदे हो लोकां दे विच, तुसीं प्रमोट करदे हो, तुसीं दो तरहां दी जॉब कर रहे हो, एक तां तुसीं अपने देश दी जॉब कर रहे हो, एक तुसीं लोकां नूं अवेयर कर रहे हो, इह वी तुसीं एक सोशल सर्विस कर रहे हो। इस तरहां दीआं होर किहड़ीआं सोशल सर्विस तुहाडीआं भविख दे विच करन दा तुहाडा इरादा है? ਹਾਂਜੀ, ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਕਿਉਂਕਿ ਸਾਨੂੰ ਦੂਸਰੀਆਂ ਖੇਡਾਂ ਦੀ ਇੰਨੀ ਨੌਲੇਜ ਨਹੀਂ ਆ, ਹਾਂ ਡਾਇਟ ਪਲਾਨ ਪ੍ਰੈਕਟਿਸ ਦਾ ਜਿਹੜਾ ਨੋਰਮਲ ਗਰਾਊਂਡ ਵਰਕ ਆ ਅਸੀਂ ਖੁਦ ਕਰਵਾ ਸਕਦੇ ਹਾਂ, ਖੁਦ ਕਰ ਸਕਦੇ ਹਾਂ, ਪਰ ਜਿਹੜੀ ਸਾਡੀ ਖੇਡਾਂ ਦੇ ਲਈ ਸਾਨੂੰ ਪਾਣੀ ਚਾਹੀਦਾ। ਸੋ ਬੈਸਟ ਤਰੀਕਾ ਆਪਣੇ ਬਠਿੰਡਾ ਦੇ ਵਿੱਚ ਝੀਲਾਂ ਪਈਆਂ ਨੇਗੀਆਂ, ਫਾਲਤੂ ਪਈਆਂ ਨੇ, ਕਿਉਂਕਿ ਪਾਣੀ ਨਾ ਪਾਣੀ ਥੱਕਦਾ ਨਾ ਅਸੀਂ ਪਾਣੀ ਕਿੱਥੇ ਲੈ ਕੇ ਜਾਣਾ, ਸਿਰਫ ਉਹਦੇ ਵਿੱਚ ਰੋਇੰਗ ਕਰਨੀ ਹੈ ਤਾਂ ਕਿ ਟੈਲੈਂਟ ਪਛਾਣਿਆ ਜਾਵੇ। ਉਸ ਤੋਂ ਬਾਅਦ ਆਪਣੇ ਬਨਾਲੀ ਥਰਮਲ ਹੈ ਜੀ, ਉੱਥੇ 700-800 ਮੀਟਰ ਦੇ ਦੋ ਪੂਲ ਬਣੇ ਹੋਏ ਨੇ। ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਜੀ, ਕਿਉਂਕਿ ਅਸੀਂ ਇੰਨੇ ਫਾਈਨੈਂਸ਼ਲੀ ਤਗੜੇ ਨਹੀਂ ਹੈ, ਸਾਡੀ ਸੋਚ ਇਹੋ ਜਿਹੀ ਕਿ ਅਸੀਂ ਉੱਥੇ ਦੋ ਕਲੱਬ ਤਿਆਰ ਕਰ ਦਈਏ, ਪਰ ਸਾਥ ਦੇਣ ਦੀ ਲੋੜ ਹੈ। ਮੈਂ ਇਸ ਪੇਂਡੂ ਲਾਈਫ ਦੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿਣੀ ਚਾਹਾਂ, ਕੋਈ ਵੀ ਫਾਈਨੈਂਸ਼ਲੀ ਜਿਹੜਾ ਹੈਲਪ ਕਰ ਸਕਦਾ ਇਸ ਖੇਡ ਲਈ ਜਾਂ ਕਿਸੇ ਵੀ ਖੇਡ ਲਈ, ਉਹਨੂੰ ਅੱਗੇ ਆਉਣਾ ਚਾਹੀਦਾ। ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ, ਪੂਰਾ ਸਪੋਰਟ ਕਰਾਂਗੇ ਜੀ, ਤਾਂ ਕਿ ਸਾਡਾ ਇਲਾਕਾ, ਸਾਡਾ ਜਿਹੜਾ ਏਰੀਆ ਉਹ ਮਾਨਸਾ ਜਿਹਨੂੰ ਪਛੜਿਆ ਕਿਹਾ ਜਾਂਦਾ, ਮੇਰੇ ਖਿਆਲ ਪਛੜਿਆ ਨਹੀਂ ਹੈ, ਸਿਰਫ ਇੱਕ ਧੱਬਾ ਲੱਗਿਆ ਹੋਇਆ ਗਾ। ਸੋ ਉਹਨੂੰ ਮਿਲ ਕੇ ਸਾਰੇ ਧੋਈਏ ਤਾਂ ਬੈਟਰ ਹੈ, ਇਹ ਨਹੀਂ ਕਿ ਅਸੀਂ ਖੇਡ ਆਏ ਇਸ ਤੋਂ ਬਾਅਦ ਹੁਣ ਅਗਲੀ ਜਨਰੇਸ਼ਨ ਨਾ ਤਿਆਰ ਹੋਵੇ ਜਾਂ ਉਹ ਨਾ ਖੇਡੇ। ਸਾਡੀ ਸੋਚ ਆ ਵੀ ਪਿਛਲੀ ਵਾਰ ਮੈਂ 2014 'ਚ ਇਕੱਲਾ ਸੀਗਾ, ਏਸ਼ੀਅਨ ਗੇਮ ਦੇ ਵਿੱਚ ਬਰੋਂਜ਼ ਮੈਡਲ ਸੀ, ਸੋ ਇਸ ਵਾਰ ਅਸੀਂ 3 ਹੋਏ ਹਾਂ, ਅਗਲੀ ਵਾਰੀ ਗਿਣਤੀ ਮੈਂ ਨਾ 3 ਤੋਂ 30 ਹੋਵੇ ਤਾਂ ਹੋਰ ਬੈਟਰ ਹੈ ਜੀ, ਆਉਣ ਵਾਲੀ ਜਨਰੇਸ਼ਨ ਨੂੰ ਇਹ ਅਪੀਲ ਹੈ ਸਾਡੀ। ਠੀਕ ਹੈ ਜੀ, ਸੁਖਮੀਤ ਜੀ, ਤੁਸੀਂ ਆਪਣੇ ਸ਼ਬਦਾਂ ਰਾਹੀਂ ਜਿਹੜਾ ਯੂਥ ਹੈ ਸਾਡਾ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ, ਸਾਡੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਉਹ ਜਿਹੜੀਆਂ ਬੁਰੀਆਂ ਅਲਾਮਤਾਂ ਨੇ, ਨਸ਼ੇ ਵਗੈਰਾ ਨੇ, ਜਾਂ ਜਿਹੜੇ ਬੱਚੇ ਪੜ੍ਹਾਈ 'ਚ ਇੰਟਰਸਟ ਨਹੀਂ ਲੈਂਦੇ, ਉਹਨਾਂ ਨੂੰ ਤੁਸੀਂ ਕੋਈ ਇਸ ਤਰ੍ਹਾਂ ਦਾ ਸੁਨੇਹਾ ਉਹਨਾਂ ਦੇ ਸੁਨਹਿਰੇ ਭਵਿੱਖ ਲਈ? ਅਕਸਰ ਆਪਣੇ ਮਾਤਾ ਪਿਤਾ ਜਿਹੜੇ ਜਾਂ ਆਪਣੇ ਟੀਚਰ ਸਾਨੂੰ ਦੱਸਦੇ ਰਹਿੰਦੇ ਨੇ ਕਿ ਮਿਹਨਤ ਦਾ ਫਲ ਜ਼ਰੂਰ ਮਿਲਦਾ, ਜੇ ਅਸੀਂ ਸੱਚੇ ਦਿਲ ਨਾਲ ਉਸ ਚੀਜ਼ ਦੇ ਸਾਡੇ ਅੰਦਰ ਲਗਨ ਹੈ ਕਿ ਅਸੀਂ ਇਹ ਕਰਨਾ, ਤਾਂ ਮੇਰਾ ਖਿਆਲ ਆ ਕੋਈ ਵੱਡੀ ਚੀਜ਼ ਨਹੀਂ, ਅਸੀਂ ਕਿਸੇ ਵੀ ਲੈਵਲ ਤੱਕ ਜਾ ਸਕਦੇ ਹਾਂ ਜੇ ਸਾਡੀ ਸੋਚ ਜਿਹੜੀ ਅਸੀਂ ਸੋਚਦੇ ਹਾਂ ਉਸ ਨੂੰ ਪੂਰਾ ਕਰਨ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ। ਜੇਕਰ ਸਾਡੇ ਅੰਦਰ ਚੰਗੀ ਸੋਚ ਹੋਈ ਮੈਂ ਉਸ ਲੈਵਲ ਤੱਕ ਜਾਣਾ, ਜਾਂ ਅਸੀਂ ਸੀਨੀਅਰ ਪਲੇਅਰ ਨੂੰ ਦੇਖਦੇ ਹਾਂ ਵੀ ਮੈਂ ਵੀ ਇਹ ਕਾਸ ਇਸ ਤਰ੍ਹਾਂ ਕਰ ਸਕਾਂ, ਉਸ ਦੇ ਲਈ ਮਿਹਨਤ ਕਰੋ। ਆਪਣੇ ਮਾਤਾ ਪਿਤਾ ਦੀ, ਆਪਣੇ ਟੀਚਰ ਦੀ, ਜੋ ਤੁਹਾਨੂੰ ਸਿਖਾਉਣ ਵਾਲਾ ਗੁਰੂ ਹੈ ਉਸਦੀ ਰਿਸਪੈਕਟ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਕਿ ਜੇ ਉਹਨੂੰ ਤੁਹਾਡੇ ਉੱਪਰ ਵਿਸ਼ਵਾਸ ਹੋਊਗਾ ਜਾਂ ਤੁਹਾਨੂੰ ਫਿਰ ਹੀ ਉਹ ਕੁਛ ਦੱਸੂਗਾ ਜੇ ਤੁਸੀਂ ਉਸਦੀ ਦਿਲੋਂ ਰਿਸਪੈਕਟ ਕਰੋਗੇ। ਇਹ ਨਹੀਂ ਵੀ ਅੱਜ ਕੋਚ ਸਾਹਿਬ ਨਹੀਂ ਆਏ ਤਾਂ ਵੀ ਅੱਜ ਮੈਂ ਰਹਿਣ ਦਿੰਦਾ ਜਾਂ ਕੁਛ ਵੀ ਆ, ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣੇ ਖੁਦ ਲਈ ਕਰ ਰਹੇ ਹੋ ਤਾਂ ਖੁਦ ਲਈ ਆਪਣੇ ਸੱਚੇ ਮਨ ਨਾਲ ਪ੍ਰੈਕਟਿਸ ਕਰੋ। ਮੇਰਾ ਇਹੀ ਸੰਦੇਸ਼ ਹੈ ਪਲੇਅਰਾਂ ਨੂੰ, ਕਦੇ ਵੀ ਕਿਸੇ ਨੂੰ ਕੋਈ ਦਿਖਾਉਣ ਲਈ ਕੁਛ ਨਹੀਂ ਕਰਨਾ ਚਾਹੀਦਾ, ਜਾਂ ਵੀ ਅੱਜ ਮੇਰਾ ਕੋਚ ਮੈਨੂੰ ਦੇਖ ਰਿਹਾ ਤਾਂ ਮੈਂ ਜ਼ਿਆਦਾ ਕਰਾਂ ਜਾਂ ਮੈਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਆਪਣੇ ਲਈ ਕਰ ਰਹੇ ਹੋ ਤਾਂ ਵਧੀਆ ਮਿਹਨਤ ਚੰਗੀ ਲਗਨ ਨਾਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ, ਅਸੀਂ ਆਪਣੇ ਵੱਲੋਂ ਤੁਹਾਨੂੰ ਏਸ਼ੀਅਨ ਗੋਲਡ ਮੈਡਲ ਤੁਸੀਂ ਲਿਆ ਉਹਦੇ ਲਈ ਵਧਾਈ ਵੀ ਦਿੰਦੇ ਹਾਂ। ਸੋ ਦੋਸਤੋ, ਇਹ ਸੀਗੇ ਸਾਡੇ ਏਸ਼ੀਅਨ ਗੋਲਡ ਮੈਡਲਿਸਟ ਸਵਰਨ ਸਿੰਘ ਵਿਰਕ ਔਰ ਸੁਖਮੀਤ ਸਿੰਘ ਜੀ ਸਮਾਗ। ਤੁਹਾਨੂੰ ਇਹ ਸਾਡੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ, ਆਪਣੇ ਵਿਚਾਰ ਕਮੈਂਟ ਇਨਬੋਕਸ ਦੇ ਵਿੱਚ ਸਾਨੂੰ ਜ਼ਰੂਰ ਕਰਨਾ। ਬਹੁਤ ਬਹੁਤ ਸ਼ੁਕਰੀਆ ਜੀ।